ਬਜਟ ਇਜਲਾਸ ਵਿਰੋਧੀ ਧਿਰ ਵੱਲੋਂ ਵਾਕਆਊਟ ਬਦਤਮੀਜ਼ੀ ਕੈਪਟਨ ਅਮਰਿੰਦਰ ਸਿੰਘ ਬਜਟ ਇਜਲਾਸ ਵਿੱਚ ਰਾਜਪਾਲ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਵੱਲੋਂ ਵਿਧਾਨ ਸਭਾ ਵਿੱਚੋਂ ਕੀਤੇ ਵਾਕਆਊਟ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਬਦਤਮੀਜ਼ੀ ਕਰਾਰ ਦਿੱਤਾ ਹੈ। ਦੇਖੋ ਕੋਈ ਮੁੱਦਿਆਂ ਦੀ ਗੱਲ ਨਹੀਂ ਹੈ, ਇਹ ਹੈਡ ਆਫ ਸਟੇਟ ਨੇ ਗਵਰਨਰ ਸਾਹਿਬ, ਇਹ ਬਦਤਮੀਜ਼ੀ ਹੈ ਜੋ ਉਹਨਾਂ ਨੇ ਕੀਤੀ ਹੈ। ਯੂ ਹੈਵ ਟੂ ਰਿਸਪੈਕਟ ਦੀ ਐਂਡ ਗਿਵ ਰਿਸਪੈਕਟ ਟੂ ਦੀ ਗਵਰਨਰ ਆਫ ਦੀ ਸਟੇਟ। ਸਰ ਜੋ ਟੀਚਰਾਂ ਤੇ ਤੁਹਾਡੇ ਸ਼ਹਿਰ ਦੇ ਵਿੱਚ ਲਾਠੀ ਚਾਰਜ ਹੋਇਆ, ਕਾਫੀ ਦੁਖੀ ਨੇ ਸਾਰੇ ਪੰਜਾਬ ਦੇ ਲੋਕ। ਇਹ ਚੀਜ਼ਾਂ ਹੁਣ ਅਸੈਂਬਲੀ ਡਿਸਕਸ ਹੋਣਗੀਆਂ, ਉਦੋਂ ਤੁਸੀਂ ਲਿਖ ਲੈਣਾ ਉਹਦੇ ਵਿੱਚ। ਕਈ ਚੀਜ਼ਾਂ ਹੋਈਆਂ ਨੇ, ਪੁਲਿਸ ਦੇਖ ਰਹੀ ਹੈ, ਚਾਰ ਪੰਜ ਬੰਦੇ ਫੜੇ ਗਏ ਨੇ ਲੁਧਿਆਣੇ, ਹੋਰ ਵੀ ਫੜ ਲਾਂਗੇ। ਕਰਨ ਉਹ ਤਾਂ ਉਹਨਾਂ ਦਾ ਕੰਮ ਹੈ, ਬਟ ਦ ਫੈਕਟ ਆਫ ਇਹ ਸਿਆਸੀ ਗੱਲ ਹੈ ਸਾਰੀ। ਤੁਸੀਂ ਕਿਸਾਨਾਂ ਨੂੰ ਜਿਨ੍ਹਾਂ ਨੇ ਅੱਜ ਸਵਾ 10 ਲੱਖ ਕਿਸਾਨਾਂ ਨੂੰ 17 ਲੱਖ ਪਰਿਵਾਰਾਂ ਦੇ ਵਿੱਚੋਂ ਪੈਸੇ ਮਿਲਣੇ ਨੇ, ਉਹ ਕੀ ਕਹਿਣਗੇ, ਵਾਪਸ ਲੈ ਲਓ? ਇਹ ਤਾਂ ਹੁਣ ਡਰਾਮਾ ਕਰੀ ਜਾਂਦੇ। ਸਿੱਟ ਦੀ ਰਿਪੋਰਟ ਕਦੋਂ ਸੁਭਾਵਨਾ, ਜਿਹੜੀ ਅੱਜ ਸਿੱਟ ਨੇ ਅੱਜ ਵੀ ਪੁਲਿਸ ਅਫਸਰ ਬੁਲਾਏ ਨੇ, ਕਦੋਂ ਸੁਭਾਵਨਾ ਬਹਿਬਲ ਕਲਾਂ ਮਾਮਲੇ? ਇਹ ਮੈਂ ਨਹੀਂ, ਹੁਣ ਦੇਖੋ ਮੇਰਾ ਡਿਊਟੀ ਹੈ SIT ਬਣਾਉਣੀ, ਉਹਨਾਂ ਦੇ ਫਿਰ ਉਹਨਾਂ ਦੇ ਕੰਮ ਦੇ ਵਿੱਚ ਮੈਂ ਕੋਈ ਦਖਲ ਨਹੀਂ ਦੇ ਸਕਦਾ। ਲੋਕ ਸਭਾ ਤੋਂ ਪਹਿਲਾਂ ਹੋ ਜਾਏਗਾ ਜੀ? ਆਈ ਕਾਂਟ ਸੇ ਦੈਟ।